ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਜਾਣਦੇ ਹਾਂ ਬੀਤੇ ਦਿਨੀ ਰਾਖੀ ਸਾਵਣ ਦੀ ਮਾਤਾ ਜੀ ਦਾ ਦਿਹਾਂਤ ਹੋਇਆ ਜਿਸ ਤੋਂ ਬਾਅਦ ਰਾਖੀ ਸਾਵੰਤ ਬਿਲਕੁਲ ਟੁੱਟ ਚੁੱਕੀ ਹੈ ਅਤੇ ਉਸ ਦੀਆਂ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਜਿਸ ਦੇ ਵਿੱਚ ਉਹ ਜ਼ੋਰ-ਜ਼ੋਰ ਦੀ ਰੋਂਦੇ ਹੋਏ ਦਿਖਾਈ ਦੇ ਰਹੀ ਹੈ। ਉੱਥੇ ਹੀ ਤੁਹਾਨੂੰ ਦੱਸ ਦਈਏ ਰਾਖੀ ਸਾਵੰਤ ਦੇ ਇੰਸਟਾਗ੍ਰam ਅਕਾਊਂਟ ਤੇ ਲਗਾਤਾਰ ਉਹਨਾਂ ਦੀ ਮਦਰ ਦੇ ਦਿਹਾਂਤ ਤੋਂ ਬਾਅਦ ਵੀਡੀਓਜ਼ ਪੋਸਟ ਹੋ ਰਹੀਆਂ ਨੇ। ਜਿਨ੍ਹਾਂ ਨੂੰ ਵੇਖ ਕੇ ਰਾਖੀ ਸਾਮੰਤ ਦੇ ਫੈਨਜ਼ ਭੜਕ ਚੁੱਕੇ ਨੇ ਹਾਲ ਹੀ ਵਿੱਚ ਰਾਖੀ ਸਾਮੰਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਰਾਖੀ ਸਾਮੰਤ ਜ਼ੋਰ-ਜ਼ੋਰ ਦੀ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਆਪਣੀ ਮਾਤਾ ਨੂੰ ਯਾਦ ਕਰ ਰਹੀ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਰਾਖੀ ਸਾਮੰਤ ਦੇ ਫੈਨਜ਼ ਇੱਕਦਮ ਚੌਂਗ ਗਏ ਨੇ ਤੇ ਉਹਨਾਂ ਨੇ ਰਾਖੀ ਸਾਮੰਤ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸymਪਤੀ ਜਾਂ ਹਮਦਰਦੀ ਨਹੀਂ ਦਿਖਾਈ ਉਹਨਾਂ ਦੇ ਫੈਨਜ਼ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕਿਹਾ नॉट दैट आई डोंट हैव सिंपती और कंडोलोसेंस बट रोते हुए गरीव करते वक्त वीडियो कौन बनाता है उतें ही दूसरे ने कहा इस बेअल के लिए हर चीज मजाक है फेम है पब्लिसिटी है माँ के निधन के बाद भी वही हरकत ओनली वन वर्ड कलंक उ एक प्रशंसक वालों कहा गया इट्स टाइम टू अन फॉलो यू वट डज दिस योर मदर डाइट डोंट पब्लिसाइज दैट एटलीस्ट ਦਾਲਸ ਦੁੱਖ ਦੇ ਟਾਈਮ ਦੇ ਵਿੱਚ ਰਾਖੀ ਸਾਮੰਤ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਮਹਿੰਗਾ ਪੈ ਰਿਹਾ ਹੈ ਅਤੇ ਆਡੀਅנס ਉਸ ਨੂੰ ਖੂਬ ਖਰੀਆਂ ਖੋਟੀਆਂ ਸੁਣਾ ਰਹੀ ਹੈ ਪਰ ਜੇਕਰ ਉੱਥੇ ਹੀ ਗੱਲ ਕਰੀਏ ਰਾਖੀ ਸਾਮੰਤ ਦੀ ਤਾਂ ਰਾਖੀ ਸਾਮੰਤ ਆਪਣੀ ਮਦਰ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਤੇ ਹਮੇਸ਼ਾ ਉਹਨਾਂ ਦੇ ਲਈ ਅਵੇਲੇਬਲ ਰਹਿੰਦੇ ਸਨ ਇਤੋਂ ਤੱਕ ਕਿ ਰਾਖੀ ਸਾਮੰਤ ਨੇ ਆਪਣੀ ਮਾਤਾ ਦੇ ਹਰ ਬੁਰੇ ਟਾਈਮ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਹੁਣ ਤੁਸੀਂ ਰਾਖੀ ਸਾਮੰਤ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ